ਸਾਡੇ ਦੇਸ਼ ਵਿੱਚ ਜਿੱਥੇ ਸਰਕਾਰ ਵੱਲੋਂ ਪ੍ਰੇਮ ਵਿਆਹ ਨੂੰ ਮਾਨਤਾ ਦਿੱਤੀ ਗਈ ਹੈ, ਉੱਥੇ ਹੀ ਸਾਡੇ ਸਮਾਜ ਵਿੱਚ ਅੱਜ ਵੀ ਇਸ ਨੂੰ ਨਕਾਰਿਆ ਜਾ ਰਿਹਾ ਹੈ। ਜਦੋਂ ਪ੍ਰੇਮ ਵਿਆਹ ਵਿੱਚ ਊਚ ਨੀਚ ਤੇ ਜਾਤ ਪਾਤ ਆ ਜਾਵੇ, ਫਿਰ ਤਾਂ ਵਿਆਹ ਕਰਾਉਣਾ ਹੋਰ ਵੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਕੋਈ ਜੋੜਾ ਵਿਆਹ ਕਰਵਾ ਵੀ ਲਵੇ ਤਾਂ ਲੜਕਾ ਜਾਂ ਲੜਕੀ ਦੇ ਪਰਿਵਾਰ ਵਾਲੇ ਲੜਕੇ ਜਾਂ ਲੜਕੀ ਨੂੰ ਜਾਨੋਂ ਮਾਰ ਦਿੰਦੇ ਹਨ। ਅਜਿਹੇ ਇੱਕ ਮਾਮਲੇ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੀਜੇਪੀ ਵਿਧਾਇਕ ਦੀ ਲੜਕੀ ਸਾਕਸ਼ੀ ਨੇ ਇੱਕ ਦਲਿਤ ਸਮਾਜ ਨਾਲ ਸੰਬੰਧ ਰੱਖਦੇ ਨੌਜਵਾਨ ਅਵੀ ਨਾਲ ਵਿਆਹ ਕਰਵਾਇਆ ਹੈ। ਲੜਕੀ ਦਾ ਕਹਿਣਾ ਹੈ ਕਿ ਉਸਦੇ ਪਿਤਾ ਪੱਪੂ ਬਰਤੌਰ ਅਤੇ ਭਰਾ ਵਿੱਕੀ ਬਰਤੌਰ ਉਹਨਾਂ ਦੀ ਜ਼ਿੰਦਗੀ ਖਤਮ ਕਰਨਾ ਚਾਹੁੰਦੇ ਹਨ, ਕਿਉਂਕਿ ਉਹਨਾਂ ਦੀ ਬੇਟੀ ਨੇ ਦਲਿਤ ਪਰਿਵਾਰ ਦੇ ਲੜਕੇ ਨਾਲ ਪ੍ਰੇਮ ਵਿਆਹ ਕਰਵਾਇਆ ਹੈ। ਪੀੜਤ ਲੜਕੀ ਅਤੇ ਉਸਦੇ ਪਤੀ ਨੇ ਮਦਦ ਦੇ ਲਈ ਗੁਹਾਰ ਲਗਾਈ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਜਿਉਣਾ ਚਾਹੁੰਦੇ ਹਨ, ਪਰ ਲੜਕੀ ਦੇ ਪਰਿਵਾਰ ਵਾਲੇ ਉਹਨਾਂ ਨੂੰ ਜਾਨੋਂ ਮਾਰ ਕੇ ਆਪਣੀ ਝੂਠੀ ਇੱਜ਼ਤ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਲੜਕੀ ਨੇ ਵੀਡੀਓ ਵਿੱਚ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਭਵਿੱਖ ਵਿੱਚ ਕੁਝ ਵੀ ਹੁੰਦਾ ਹੈ ਤਾਂ ਉਸਦੇ ਜ਼ਿੰਮੇਦਾਰ ਉਸਦੇ ਪਰਿਵਾਰ ਵਾਲੇ ਹੀ ਹੋਣਗੇ। ਪਾਪਾ ਔਰ ਵਿੱਕੀ, ਪਾਪਾ ਬੋਲੇ ਤੋ ਮਾਨਯ ਵਿਧਾਇਕ ਪੱਪੂ ਬਰਤੌਲ ਜੀ ਔਰ ਵਿੱਕੀ ਬਰਤੌਲ ਜੀ, ਪਲੀਜ਼ ਅਬ ਮਾਨ ਜਾਓ ਔਰ ਸ਼ਾਂਤੀ ਸੇ ਜੀਓ ਔਰ ਰਹਿਣੇ ਦੋ, ਕਿਉਂਕਿ ਮੈਨੇ ਸੱਚ ਮੇਂ ਸ਼ਾਦੀ ਕਰ ਲਈ ਹੈ। ਯੇ ਸਿੰਦੂਰ ਮੈਨੇ ਫੈਸ਼ਨ ਮੇਂ ਨਹੀਂ ਲਗਾ ਰੱਖਾ, ਯੇ ਸ਼ਾਦੀ ਕਰ ਲਈ ਹੈ ਇਸਲਈ ਲਗਾ ਰੱਖਾ ਹੈ। ਔਰ ਪਾਪਾ ਆਪਨੇ ਜੋ ਆਪਣੇ ਕੁੱਤੇ ਭੇਜ ਰੱਖੇ ਹੈ ਨਾ ਮੇਰੇ ਪੀਛੇ, ਜਸਟ ਲਾਈਕ ਰਾਜੀਵ ਰਾਣਾ, ਉਸਕੋ ਬਤਾਓ ਅਗਰ ਮੇਰੇ ਸਰ ਕੇ ਉੱਪਰ ਸੇ ਪਾਣੀ ਚਲਾ ਗਿਆ ਤੋ ਉਸਕਾ ਪੂਰਾ ਖਾਨਦਾਨ ਜੇਲ ਮੇਂ ਹੋਗਾ, ਮੈਂ ਪਰੇਸ਼ਾਨ ਹੋ ਚੁੱਕੀ ਹੂੰ, ਮਤਲਬ ਇਤਨਾ ਘੂਮ ਘੂਮ ਕੇ ਹਮ ਪਰੇਸ਼ਾਨ ਹੋ ਚੁੱਕੇ ਹੈ ਔਰ ਮੇਰੀ ਹਮਾਰੀ ਜਾਨ ਕੋ ਖਤਰਾ ਹੈ। ਔਰ ਇੱਕ ਬਾਤ ਕਹਿਣਾ ਚਾਹੂੰਗੀ ਵਿੱਕੀ ਔਰ ਪਾਪਾ ਕਿ ਅਭੀ ਔਰ ਉਸਕੇ ਰਿਲੇਟਿਵਸ ਕੋ ਪਰੇਸ਼ਾਨ ਕਰਨਾ ਬੰਦ ਕਰ ਦੋ, ਕਿਉਂਕਿ ਉਨ ਲੋਗੋ ਕੀ ਕੋਈ ਗਲਤੀ ਨਹੀਂ ਹੈ, ਜੋ ਕੁਛ ਕੀਆ ਹੈ ਮੈਨੇ ਔਰ ਅਭੀ ਨੇ ਕੀਆ ਹੈ। ਔਰ ਅਬ ਸ਼ਾਂਤੀ ਸੇ ਜੀਓ ਔਰ ਰਾਜਨੀਤੀ ਕਰੋ, ਮੈਂ ਖੁਸ਼ ਰਹਿਣਾ ਚਾਹਤੀ ਹੂੰ ਔਰ ਆਜ਼ਾਦ ਰਹਿਣਾ ਚਾਹਤੀ ਹੂੰ। ਔਰ ਮੈਂ ਇਸ ਵੀਡੀਓ ਕੇ ਥਰੂ ਇੱਕ ਬਾਤ ਕਹਿਣਾ ਚਾਹੂੰਗੀ, ਇਨ ਫਿਊਚਰ ਅਗਰ ਮੁਝੇ ਔਰ ਅਭੀ ਕੇ ਫੈਮਿਲੀ ਕੇ ਕਿਸੀ ਵੀ ਮੈਂਬਰ ਕੋ ਕਭੀ ਕੁਛ ਹੋਤਾ ਹੈ ਤੋ ਉਸਕੇ ਜ਼ਿੰਮੇਦਾਰ ਮੇਰੇ ਪਾਪਾ ਵਿੱਕੀ ਬਰਤੌਲ ਔਰ ਰਾਜੀਵ ਰਾਣਾ ਹੋਣਗੇ। ਰਾਜੀਵ ਰਾਣਾ ਤੋ ਸਪੈਸ਼ਲੀ ਜੋ ਪੂਰੀ ਟੀਮ ਲੇਕਰ ਆਇਆ ਹੁਆ ਹੈ ਔਰ ਮੇਰੇ ਪੀਛੇ ਘੂਮ ਰਿਹਾ ਹੈ, ਮੈਂ ਮਰ ਤੋ ਜਾਊਂਗੀ ਲੇਕਿਨ ਉਸਕਾ ਪੂਰਾ ਖਾਨਦਾਨ ਮਿਟਾ ਕੇ ਜਾਊਂਗੀ। ਰਾਜੀਵ ਜੀ ਇਹ ਚੀਜ਼ ਧਿਆਨ ਰੱਖਣਾ। ਔਰ ਬਰੇਲੀ ਕੇ ਮੰਤਰੀ ਸਾਂਸਦ MLA ਸੇ ਸਿਰਫ ਇੱਕ ਹੀ ਰਿਕੁਐਸਟ ਕਰਨਾ ਚਾਹੂੰਗੀ ਮੈਂ ਕਿ ਜੋ ਲੋਕ ਮੇਰੇ ਪਾਪਾ ਕੀ ਹੈਲਪ ਕਰ ਰਹੇ ਹੈ ਵੋ ਮੇਰੇ ਪਾਪਾ ਕੀ ਹੈਲਪ ਕਰਨਾ ਬੰਦ ਕਰ ਦੇ, ਕਿਉਂਕਿ ਸੱਚ ਮੇਂ ਹਮਾਰੀ ਜਾਨ ਕੋ ਖਤਰਾ ਹੈ। ਔਰ ਪਲੀਜ਼ ਪਾਪਾ ਆਪਣੀ ਸੋਚ ਬਦਲੋ, ਅਭੀ ਔਰ ਅਭੀ ਕੀ ਫੈਮਿਲੀ ਇਨਸਾਨੀ ਹੈ, ਕੋਈ ਜਾਨਵਰ ਨਹੀਂ ਹੈ ਵੋ ਲੋਕ, ਤੋ ਪਲੀਜ਼ ਆਪਣੀ ਸੋਚ ਬਦਲੋ, ਅੱਛੇ ਲੋਕ ਹੈ, ਮੈਂ ਖੁਸ਼ ਰਹੂੰਗੀ ਉਨਕੇ ਸਾਥ, ਪਲੀਜ਼ ਔਰ ਖੁਸ਼ ਰਹੋ ਔਰ ਖੁਸ਼ ਰਹਿਣੇ ਦੋ, ਚੁੱਪਚਾਪ ਆਪਣੀ ਰਾਜਨੀਤੀ ਕਰੋ, ਧੰਨਵਾਦ। ਖਿਆਲ ਰੱਖੇ ਔਰ ਦੂਸਰੀ ਬਾਤ ਯੇ ਹੈ ਕਿ ਜੋ ਲੋਕ ਪੀਛੇ ਲਗੇ ਹੋਏ ਹੈ, ਕਾਫੀ ਲੋਕ ਆਏ ਹੋਏ ਹੈ, ਸਪੈਸ਼ਲੀ ਮੇਰੇ ਪਾਪਾ ਕੇ ਫ੍ਰੈਂਡਸ ਜਸਟ ਲਾਈਕ ਰਾਜੀਵ ਕੋਈ ਹੈ ਔਰ ਉਨਕੇ ਸਾਥ ਵੀ ਲੋਕ ਹੈ ਬਹੁਤ ਸਾਰੇ, ਕਾਫੀ ਲੋਕ ਥੇ, ਕਾਫੀ ਲੋਕ, ਹਾਂ ਹਮ ਲੋਕ ਜਹਾਂ ਰੁਕੇ ਹੋਏ ਥੇ ਹੋਟਲ ਮੇਂ ਵਹਾਂ ਪੇ ਵੋ ਲੋਕ ਮਾਰਨਿੰਗ ਮੇਂ ਆ ਗਏ ਔਰ ਵੋ ਤੋ ਹਮੇਂ ਮੌਕਾ ਮਿਲ ਗਿਆ ਕਿ ਹਮ ਲੋਕ ਵਹਾਂ ਸੇ ਨਿਕਲ ਗਏ, ਕਿਉਂਕਿ ਵੋ ਲੋਕ ਉਨ ਲੋਕ ਕਾ ਪੂਰਾ ਪਲਾਨ ਹੈ ਹਮੇਂ ਮਾਰਨੇ ਕਾ, ਵੋ ਲੋਕ ਆਪਣੀ ਇੱਜ਼ਤ ਬਚਾਨੇ ਕੇ ਲੀਏ ਯਾ ਕੁਛ ਵੀ ਕਹਿ ਲੀਜੀਏ, ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਸੇ ਹੂੰ, ਯੇ ਰੀਜ਼ਨ ਹੈ ਔਰ ਵੋ ਲੋਕ ਫਿਲਹਾਲ ਹਮੇਂ ਮਾਰਨਾ ਚਾਹਤੇ ਹੈ, ਤੋ ਹਮ ਯੇ ਇਸ ਲਈ ਮੀਡੀਆ ਕਾ ਸਹਾਰਾ ਲੇ ਰਹੇ ਹੈ ਮਿੱਤਰੋ ਕਿ ਹਮ ਲੋਕ ਕੀ ਜਾਨ ਬਚ ਜਾਏ ਔਰ ਹਮ ਲੋਕ ਸੇਫ ਰਹੇ ਔਰ ਕੋਈ ਰੀਜ਼ਨ ਨਹੀਂ ਹੈ, ਕਿਉਂਕਿ ਅਗਰ ਹਮ ਵੀਡੀਓ ਬਣਾ ਗਏ ਤੋ ਵੋ ਪੱਕਾ ਹਮੇਂ ਮਾਰ ਦੇਂਗੇ, ਪੱਕਾ, ਮਤਲਬ ਕੋਈ ਦੂਸਰਾ ਆਪਸ਼ਨ ਹੀ ਨਹੀਂ ਹੈ ਹਮਾਰੇ ਪਾਸ। ਬਰੇਲੀ ਕੇ ਵਾਸੀ ਤੋ ਜਾਨਤੇ ਹੀ ਹੈ ਮਾਨਯ ਵਿਧਾਇਕ ਜੀ ਕੋ, ਠੀਕ ਹੈ ਬਸ ਯਹੀ ਬਾਤ ਕਹਿਣੀ ਥੀ ਹਮੇਂ, ਔਰ ਕੋਈ ਬਾਤ ਹੋ ਆਪਕੀ ਤੋ ਆਪ ਕਹਿ ਸਕਤੇ ਹੋ। ਬਿਊਰੋ ਰਿਪੋਰਟ ਸਾਂਝ ਟੀਵੀ, ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।